ਰਿਸ਼ਤਾ ਤੇ ਤਾਲਕ ਇੰਜਦਾ ਏ ਧੀਆਂ ਵਸੀਆਂ ਅੱਖੀ ਨਾਲ ਇੱਕ ਵਾਰੀ ਮੰਗੋ ਦੁਆ ਅੱਲਾ ਕਿਸੇ ਨੂੰ ਧੀਆਂ ਦਾ ਦੁੱਖ ਨਾ ਦੇਵੇ ਜਿੱਥੇ ਐਣ ਵਸਦੀਆਂ ਰੇ ਧੀਆਂ ਦੇ ਦੁੱਖ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਏ ਉਹ ਨਾਨੀਆਂ ਦੇ ਵਸਨੀ ਕੋ ਇਹ ਹੁਸੈਨ ਦਾ ਜਿਗਰਾ ਇੱਕ ਨੂੰ ਮਦੀਨੇ ਰੋਟੀ ਨੂੰ ਛੱਡ ਕੇ ਤੁਰਿਆ ਏ ਦੂਜੇ ਨੂੰ ਖੈਮੇ ਕਿਆ ਬਾਤ ਏ ਤੁਹਾਡੀ ਭਾਈ ਕਿਆ ਬਾਤ ਏ ਵਸਦੇ ਰਹੋ ਕਬੂਲੀਅਤ ਦੀ ਮੋਹਰ ਲੱਗ ਗਈ ਕਿਆ ਬਾਤ ਏ ਅੱਲਾਹੁ ਅਕਬਰ ਮਾਰ ਸਰਫਰਾਜ਼ ਸਦੀਕਾ ਲਾਲੀ ਸਾਹਿਬ ਦਾ ਡੇਰਾ ਕਰਬਲਾ ਬਣ ਗਏ ਧੀਆਂ ਦਾ ਤਾਲਕ ਤੇ ਰਿਸ਼ਤਾ ਹੀ ਇੰਜਦਾ ਏ ਜਿੱਥੇ ਹੀ ਹੋਵੇ ਜਿਸ ਹਾਲ ਚ ਹੋਵੇ ਹਰ ਵੇਲੇ ਰੋ ਰੋ ਕੇ ਆਉਂਦੀਆਂ ਨੇ ਸ਼ਾਲਾ ਪਿਓ ਦਾ ਸਾਇਆ ਤੁਹਾਡੀ ਭਾਈ ਕਿਆ ਬਾਤ ਹੈ ਰਹੇ ਬਖਤ ਸਲਾਮਤ ਪੇਕਿਆਂ ਦਾ ਸ਼ਾਲਾ ਕੋਈ ਤਕਲੀਫ ਨਾ ਆਏ ਤਨਵੀਰ ਬੇਟਾ ਕੇ ਬਹਿਣ ਦਾ ਵਿਆਹ ਨਾਲ ਤਾਲੁਕ ਤਲ ਦੇ ਲੱਗ ਗਈ ਏ ਆਉਣ ਦੀ ਮਾਏ ਮੇਰੇ ਹੁਸੈਨ ਫਰਮੈਂਦੇ ਨੇ ਸਕੀਨਾ ਰੋ ਨਹੀਂ ਯਾਦ ਹੈ ਗੱਲ ਯਾਦ ਹੈ ਨਾ ਗੱਲ ਮੈਨੂੰ ਜਿਵੇਂ ਹੁਕਮ ਮਾਰ ਸਾਹਿਬ ਕੀਤਾ ਅੱਲਾ ਇਹਨਾਂ ਦੇ ਬੱਚਿਆਂ ਦੀ ਮਰਦ ਰਾਜ ਫਰਮਾ ਅੱਲਾ ਮਾਰ ਸਾਹਿਬ ਨੂੰ ਤੰਦਰੁਸਤੀ ਅਤਾ ਫਰਮਾ ਮੈਂ ਬਹਿਨ ਹੀ ਆਪਦੇ ਹੁਕਮ ਦੀ ਤਾਮੀਲ ਕਰ ਬਿਸਮਿਲਾ ਕਰ ਅਦਨਾਨ ਸਾਹਿਬ ਦੇ ਹੁਕਮ ਦੀ ਤਮੀਲ ਪਿਆ ਕਰਨਾ ਧੀਆਂ ਹਰ ਵੇਲੇ ਰੋ ਰੋ ਕੇ ਆਉਂਦੀਆਂ ਨੇ ਸ਼ਾਲਾ ਪਿਓ ਦਾ ਸਾਇਆ ਕਾਇਮ ਰਹੇ ਹਰ ਦੀਦੀ ਨੇਕ ਦੁਆਏ ਰਹੇ ਬਖਤ ਸਲਾਮਤ ਪੇਕਿਆਂ ਦਾ ਸ਼ਾਲਾ ਕੋਈ ਤਕਲੀਫ ਜੁਮਲਾ ਪਿਆ ਪੜਨਾ ਜੇ ਕਿਸੇ ਨੂੰ ਤਕਲੀਫ ਹੋਵੇ ਮਾਜ਼ਰਾ ਤੇ ਹੁਸੈਨ ਦੀ ਅੱਖੀਆਂ ਦੀ ਕਿਸਮਤ ਦਾ ਇੱਕ ਮਦੀਨੇ ਇੱਕ ਸ਼ਾਮ ਦਫਨੀਲ ਗਈ ਦੀਆਂ ਤੇ ਹਰ ਵੇਲੇ ਆਉਂਦੀਆਂ ਨੇ ਸ਼ਾਲਾ ਪਿਓ ਦਾ ਜਾਇਆ ਕਾਇਮ ਰਹੇ ਹਰ ਦੀਦੀ ਦੇਖ ਦੁਆ ਸਲਾਮਤ ਪੇਕਿਆਂ ਦਾ ਸ਼ਾਲਾ ਕੋਈ ਤਕਲੀਫ ਆਏ ਧੀਆਂ ਭੈਣਾਂ ਹਰ ਵੇਲੇ ਰੋ ਰੋ ਕੇ ਵੀਰਾਂ ਕਾਣ ਪੇਕਿਆਂ ਕਾਣ ਦਵਾਈ ਮੰਗਦੀਆਂ ਨੇ ਅਦਨਾਨ ਸਾਹਿਬ ਦੇ ਹੁਕਮ ਦੀ ਤਮੀਲ ਪਿਆ ਕਰਨਾ ਬੇ